ਜੀ ਦੋਸਤੋ ਤੁਹਾਡਾ ਸਾਰਿਆਂ ਸਵਾਗਤ ਹੈ ਆਪਣੇ YouTube ਚੈਨਲ HK ਅਬਦੇ ਦੇ ਉਤੇ ਤੇ ਅੱਜ ਆਪਾਂ ਤੁਹਾਡੇ ਲਈ ਅੱਤਵੇਂ ਜਮਾਤ ਦਾ ਜੋ ਕੰਪਿਊਟਰ ਸਾਇੰਸ ਵਿਸ਼ਾ ਪੇਪਰ ਹੋਣ ਵਾਲਾ ਉਹ ਲੈ ਕੇ ਆ ਚੁੱਕੇ ਹਾਂ ਬਿਲਕੁਲ ਸੌਰਗ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪੇ ਇਹਨਾਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਜ਼ਰੂਰ ਕਰ ਦੇਣਾ ਤੇ ਚਲੋ ਆਪਾਂ ਪੇਪਰ ਪਰ ਵੱਧਦੇ ਆਂ ਇਹ ਪੇਪਰ ਕੋਲ ਚਾਰਾਂ ਕਦਾਂ ਦਾ ਸਮਾਂ 2 ਘੰਟੇ ਦਾ ਹੋਣ ਵਾਲਾ ਹੈ ਪਰ ਉਹਦਾ ਕੁੱਲ ਮਿਲ ਕੇ B ਅੰਕ ਦਾ ਹੋਣ ਵਾਲਾ ਹੈ ਇਸ ਵਿੱਚ ਖਾਲੀ ਥਾਂ ਹੈ ਸਹੀ ਉੱਤਰ ਦੀ ਚੋਣ ਕਰਨਾ ਪੂਰੇ ਨਾਮ ਸਹੀ ਗਲਤ ਅਤੇ ਸੌਲਕਟ ਕੀ ਹੋਣ ਬਾਰੇ ਹਨ ਇਹ ਪਹਿਲਾ ਹੈਗਾ ਜੁਨੀਕੋਡ ਦਾ ਪੂਰਾ ਨਾਮ ਕੀ ਹੈ ਇਧਰ ਸਜੂ ਈਡੀ ਯੂਨੀਵਰਸਲ ਕੋਡ ਅਗੇ ਦੂਸਰਾ ਹੇਠ ਲਿਖੇ ਵਿੱਚੋਂ ਕਿਹੜਾ ਜੁਨੀਕੋਡ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ ਇਧਰ ਸਜੂ ਅੜਾ ਰਾਵੀ ਅਗੇ ਤੀਸਰਾ ਹੇਠ ਲਿਖੇ ਵਿੱਚੋਂ ਕਿਹੜਾ ਫੌਂਟ ਟਿੰਗ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ ਇਧਰ ਸਜੂ ਊੜਾ ਅਨਮੂਲ ਲਿਪੀ ਅਗੇ ਚੌਥਾ ਡੈਸ਼ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ। ਇਹਦਾ ਅਰਥ ਹੈ ਚੈਟਿੰਗ। ਅਗੇ 5ਵਾਂ ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਡੈਸ਼ ਹੁੰਦਾ ਹੈ ਈਮੇਲ। ਅਗੇ 6ਮਾ ਡੈਸ਼ ਦਾ ਮਤਲਬ ਇੰਟਰਨੈਟ ਨਾਲ ਜੁੜੇ ਨਾ ਹੋਣਾ। ਉਹ ਦੇ ਆਫਲਾਈਨ ਹੈ ਉਹ ਗਲਤੀ ਨਾ ਆਨਲਾਈਨ ਟਾਈਪ ਹੋ ਗਿਆ। ਅਗੇ 7ਵਾਂ ਅਸੀਂ ਡੈਸ਼ ਦੀ ਵਰਤੋਂ ਕਰਕੇ ਘਰ ਤੋਂ ਸਮਾਨ ਖਰੀਦ ਸਕਦੇ ਹਾਂ। ਆਨਲਾਈਨ ਸ਼ਾਪਿੰਗ ਦੀ। ਅਗੇ ਮੋਡਮ ਦਾ ਪੂਰਾ ਨਾਮ ਕੀ ਹੈ? ਮੋਡੂਲੇਟਰ डिमोलेटेड आगे ਹੈਗਾ ਨੌਵਾਂ www ਦਾ ਪੂਰਾ ਨਾਮ ਲਿਖੋ वर्ल्ड वाइड वेब वर्ल्ड वाइड वेब ਅਗੇ ਦਸਮਾ ਅਨਮੂਲ ਲਿਪੀ ਫੋਰ ਅਨਮੂਲ ਲਿਪੀ ਫੋਰ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ ਇਹ ਸਹੀ ਆ ਸ਼ਿਫਟ ਕੀ ਦੀ ਬਲਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ ਇਹ ਗਲਤ ਆ ਅਗੇ ਆਫਲਾਈਨ ਦਾ ਅਰਥ ਹੈ ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ ਏ ਆਜੂ ਗਲਤ ਇੰਟਰਨੈਟ ਨਾਲ ਨਾ ਜੁੜੇ ਹੋਣਾ ਫਿਰ ਸਹੀ ਹੁੰਦਾ ਜੇ ਉਹਦੇ ਨਾਮ ਹੁੰਦਾ ਪਰ ਉਹਦੇ ਨਾਂ ਹੈ ਨਹੀਂ ਇਸ ਕਰਕੇ ਗਲਤ ਆਗੇ 13ਵਾਂ ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ ਹੁੰਦਾ ਹੈ ਇਹ ਗਲਤ ਆ ਬਹੁਤ ਸਾਰੇ ਵੈਬ ਪੇਜ ਹੁੰਦੇ ਹਨ ਅਗੇ 14ਵਾਂ ਹਰ ਵੈਬਸਾਈਟ ਤੇ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ ਇਹ ਸਹੀ ਆ ਪਾਵਰ ਵਿੱਚ ਪ੍ਰੋਜੈਕਸ਼ਨ ਨੂੰ ਸੇਵ ਕਰਨ ਦੀ ਸ਼ਾਰਟਕਟ ਕੀ ਕਿਹੋ ਕੰਟਰੋਲ ਪਲਸ ਐਸ ਪਾਵਰ ਪਾਵਰ ਪੁਆਇੰਟ ਨੂੰ ਬੰਦ ਕਰਨ ਲਈ ਸਰਕਟ ਕੀ ਐਲਟ ਪਲੱਸ ਐਫ 4 ਅਗੇ 17ਵਾਂ ਪਹਿਲੀ ਸਲਾਈਡ ਤੋਂ ਸਲਾਈਡ ਨੂੰ ਸਟਾਰਟ ਕਰਨ ਦੀ ਸਰਕਟ ਕੀ ਲਿਖੋ ਸਾਈਡ ਸਲੋ ਵਿਊ ਅਗੇ 18ਵਾਂ ਰਨ ਬਾਕਸ ਵਿੱਚ ਪਾਵਰ ਆਊਟ ਪਾਵਰ ਪੁਆਇੰਟ ਉੱਪਰ ਕਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਪਾਵਰ ਪਾਵਰ ਪ੍ਰਿੰਟ ਅਗੇ 19ਵਾਂ ਤੁਸੀਂ ਪਾਵਰਪੁਆਇੰਟ ਨੂੰ ਕਿਵੇਂ ਓਪਨ ਕਰੋਗੇ ਪਹਿਲਾਂ ਸਟਾਰਟ ਫਿਰ ਆਲ ਪ੍ਰੋਗਰਾਮ ਫਿਰ ਮਾਈਕਰੋਸਾਫਟ ਆਫਿਸ ਫਿਰ ਮਾਈਕਰੋਸਾਫਟ ਪਾਵਰਪੁਆਇੰਟ ਇਸ ਉੱਪਰ ਕਾਪਾ ਇਹਨੂੰ ਓਪਨ ਕਰ ਲਾਂਗੇ ਜਿੰਮ ਦੀ ਮੈਂ ਚੀਜ਼ ਅਗਲੀ ਕਰਦੇ ਜਾਵਾਂਗੇ ਅਗੀ ਬੀਮਾ ਪਾਵਰਪੁਆਇੰਟ ਵਿੱਚ ਪ੍ਰੋਜੈਕਸ਼ਨ ਫਾਈਲ ਦੀ ਐਕਸਟੰਸ਼ਨ ਲਿਖੋ ਪੀਪੀਟੀਐਕਸ ਕਹਿੰਦੇ ਆਪਾਂ ਅੱਗੇ ਅੱਗੇ ਭਾਗ ਅੜਾ ਕੁੱਲ ਅੰਕ 12 ਹੋਣ ਵਰ੍ਹੇ ਹਨ ਤੇ ਤਿੰਨ ਅੰਕਾਂ ਦਾ ਹਰੇਕ ਪ੍ਰਸ਼ਨ ਹੋਵੇਗਾ ਪਹਿਲੇ ਅਗੇ ਟੈਕਸਟ ਟਾਈਪਿੰਗ ਕੀ ਹੈ ਟਚ ਟਾਈਪਿੰਗ ਕੀ ਹੈ ਟਚ ਟਾਈਪਿੰਗ ਇੱਕ ਤਕਨੀਕ ਹੈ ਜਿਸ ਦੌਰਾਨ ਅਸੀਂ ਕੀਬੋਰਡ ਨੂੰ ਵੇਖੇ ਬਿਨਾ ਆਪਣੀਆਂ ਸਾਰੀਆਂ ਉਂਗਲਾਂ ਨਾਲ ਕਦਮ ਦਰ ਕਦਮ ਟਾਈਪਿੰਗ ਕਰਨਾ ਸਿੱਖ ਰਹੇ ਹਾਂ ਜੇਕਰ ਅਸੀਂ ਟਾਈਪਿੰਗ ਕਰਦੇ ਸਮੇਂ ਕੀਬੋਰਡ ਉੱਪਰ ਕੀਜ ਲੱਭਦੇ ਰਹਿੰਦੇ ਹਾਂ ਤਾਂ نتیਜੇ ਵਜੋਂ ਸਾਡੀ ਸਾਡੀ ਟਾਈਪਿੰਗ ਸਪੀਡ ਬਹੁਤ ਹੌਲੀ ਹੋ ਜਾਂਦੀ ਹੈ ਜਾਇਦ ਆਪਸ਼ਨ ਦੇ ਵਿੱਚ ਪ੍ਰਸ਼ਨ ਆਭੀ ਕਸੋ ਦਿਓ ਪੰਜਾਬੀ ਭਾਸ਼ਾ ਵਿੱਚ ਟਾਈਪਿੰਗ ਕਰਨ ਲਈ ਕੋਈ ਤਿੰਨ ਫੌਂਟਸ ਦੇ ਨਾਮ ਲਿਖੋ ਪੰਜਾਬੀ ਪਾਸੇ ਵਿੱਚ ਟਾਈਪ ਕਰਨ ਲਈ ਮੁੱਖ ਫੋਟਸ ਦੇ ਨਾਮ ਹੇਠਾਂ ਦਿੱਤੇ ਗਏ ਹਨ ਅਨਮੋਲ ਲਿਪੀ ਰਾਬੀ ਅਸੀਸ ਜੋ ਆਏ ਇਹ ਚਾਹ ਲੈ ਇਹਦੇ ਚ ਕੋਈ ਤੁਸੀਂ ਤਿੰਨ ਜਿਆਦਾ ਰੱਖ ਲੈਣਾ ਅਗੇ ਇੰਟਰਨੈਟ ਕੀ ਹੈ ਇੰਟਰਨੈਟ ਦਾ ਅਰਥ ਇੰਟਰਨੈਟ ਦਾ ਅਰਥ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਇੰਟਰਨੈਟ ਬਹੁਤ ਸਾਰੇ ਛੋਟੇ ਵੱਡੇ ਨੈਟਵਰਕ ਦਾ ਇੱਕ ਵਿਚਾਰ ਨੈਟਵਰਕ ਹੈ ਜੋ ਸੰਸਾਰ ਵਿੱਚ ਫੈਲੇ ਲੱਖਾਂ ਕੰਪਿਊਟਰਾਂ ਤੋਂ ਬਨਾ ਹੈ ਅੱਜ ਦੇ ਸਮੇਂ ਵਿੱਚ ਇੰਟਰਨੈਟ ਮਨੁੱਖ ਦੀ ਇੱਕ ਬਹੁਤ ਵੱਡੀ ਦੇਣ ਹੈ। ਮਨੁੱਖ ਨੂੰ ਇੱਕ ਬਹੁਤ ਵੱਡੀ ਦੇਣ ਹੈ। ਅਗਰ ਤੀਸਰਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੀਆਂ ਕੁਝ ਉਦਾਹਰਣਾਂ ਲਿਖੋ। ਇੰਟਰਨੈਟ ਸਰਵਿਸ ਪ੍ਰੋਵਾਈਡਰ ਉਹ ਕੰਪਨੀ ਹਨ ਜੋ ਸਾਨੂੰ ਇੰਟਰਨੈਟ ਦੀ ਸੇਵਾ ਪ੍ਰਦਾਨ ਕਰਦੇ ਹਨ। ਕੁਝ ਮੁੱਖ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੀਆਂ ਉਦਾਹਰਣਾਂ ਇਸ ਪ੍ਰਕਾਰ ਹਨ ਜਿਵੇਂ Airtel, Vodafone, BSNL ਆਦਿ। ਤੁਸੀਂ ਅੱਗੇ ਕੋਈ ਹੋਰ ਵੀ ਲਿਖ ਸਕਦੇ ਜਿਵੇਂ Jio ਹੋ ਗਿਆ। ਉਮੀ ਕੰਪਨੀ ਹੋ ਗਈ ਆਪ ਦੇਖੋ ਜਿਵੇਂ ਮਰਜੀ ਲਿਖ ਸਕਦੇ ਤੁਸੀਂ ਅੱਗੇ ਚੌਥਾ ਆਨਲਾਈਨ ਅਤੇ ਆਫਲਾਈਨ ਬਾਰੇ ਦੱਸੋ ਆਨਲਾਈਨ ਅਤੇ ਆਫਲਾਈਨ ਬਾਰੇ ਦੱਸੋ ਜਿਵੇਂ ਆਨਲਾਈਨ ਆਨਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜਿਆ ਹੋਣਾ ਪਰ ਆਫਲਾਈਨ ਦਾ ਅਰਥ ਹੈ ਕਿ ਇੰਟਰਨੈਟ ਨਾਲ ਨਾ ਜੁੜਿਆ ਹੋਣਾ ਆਨਲਾਈਨ ਜਦੋਂ ਅਸੀਂ ਆਨਲਾਈਨ ਹੁੰਦੇ ਹਾਂ ਤਾਂ ਅਸੀਂ ਵੈਬ ਸਰਵਰ ਉੱਪਰ ਮੌਜੂਦਾ ਫਾਈਲਾਂ ਉੱਪਰ ਕੰਮ ਕਰ ਰਹੇ ਹੁੰਦੇ ਹਾਂ ਪਰ ਜਦੋਂ ਆਪਾਂ ਆਫਲਾਈਨ ਜਦੋਂ ਆਪਾਂ ਆਫਲਾਈਨ ਹੁੰ ਜਦੋਂ ਆਪਾਂ ਆਫਲਾਈਨ ਹੁੰਦੇ ਹਾਂ ਤਾਂ ਅਸੀਂ ਆਪਣੇ ਕੰਪਿਊਟਰ ਉੱਪਰ ਮੌਜੂਦਾ ਲੋਕਾਂ 'ਤੇ ਕੰਮ ਕਰ ਰਹੇ ਹੁੰਦੇ ਹਨ ਅੱਗੇ ਆ ਗਿਆ ਪੰਜਵਾਂ ਪਾਵਰਪੁਆਇੰਟ ਕੀ ਹੈ ਪਾਵਰਪੁਆਇੰਟ ਇੱਕ ਪ੍ਰੇਜੇਟੇਸ਼ਨ ਗ੍ਰਾਫਿਕ ਸੌਫਟਵੇਅਰ ਹੈ ਐਮਐਸ ਆਫਿਸ ਦਾ ਹੀ ਇੱਕ ਭਾਗ ਹੈ ਇਹ ਸਾਨੂੰ ਇਹ ਸਾਨੂੰ ਪ੍ਰਭਾਵਸ਼ਾਲੀ ਇਲੈਕਟ੍ਰੋਨਿਕ ਸਲਾਈਡਸ ਸੋ ਬਣਾਉਣ ਦੀ ਅਗਰਿੰਦਾ ਹੈ ਪਾਵਰਪੁਆਇੰਟ ਦੀ ਪ੍ਰਸਤੁਤੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਸੀਂ ਉਸ ਨੂੰ ਐਨੀਮੇਸ਼ਨ ਇਫੈਕਟਸ ਆਨ ਦਿ ਦਾਖਲ ਕਰ ਸਕਦੇ ਹਾਂ ਜਿਵੇਂ ਦੀ ਫੋਟੋਸ ਆਪੀ ਹੋਈਏ ਇਸ ਪਕਾ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਗਾ ਲਿਓ ਜਿਹੜਾ ਆਪਸ਼ਨ ਦੇ ਵਿੱਚ ਆਪਰੇਸ਼ਨ ਹੈਗਾ ਆਪਣੇ ਕੋਲ ਪ੍ਰੋਜੈਕਟੇਸ਼ਨ ਉਪਰ ਨੋਟ ਲਿਖੋ ਪ੍ਰੋਜੈਕਟੇਸ਼ਨ ਕਿਸੇ ਇੱਕ ਕਿਸੇ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ ਪ੍ਰੋਜੈਕਸ਼ਨ ਦਾ ਉਦੇਸ਼ ਤਸਵੀਰ ਟੈਕਸਟ ਐਨੀਮੇਸ਼ਨ ਆਦਿ ਦੀ ਵਰਤੋਂ ਕਰਦੇ ਹੋਏ ਵਿਸ਼ਾ ਵਸਤੂ ਨੂੰ ਆਸਾਨੀ ਨਾਲ ਸਮਝਣਯੋਗ ਬਣਾਉਣਾ ਹੈ ਇੱਕ ਪ੍ਰੋਜੈਕਸ਼ਨ ਵਿੱਚ ਇੱਕ ਜਾਂ ਬਥੇ ਸਲਾਈਡਾਂ ਦੀ ਵਰਤੋਂ ਸਲਾਈਡ ਹੋ ਸਕਦੀ ਹਨ ਪਾਵਰਪੁਆਇੰਟ ਵਿੱਚ ਅਸੀਂ ਬਹੁਤ ਸਾਰੀਆਂ ਪ੍ਰੋਜੈਕਸ਼ਨ ਤਿਆਰ ਕਰ ਸਕਦੇ ਹਾਂ ਅੱਗੇ ਅੱਗੇ ਆਪਾਂ ਇਹੜੀ ਇਹਦੇ ਵਿੱਚ ਅੱਗੇ 4 4 ਅੰਕਾਂ ਦੇ ਵੱਡੇ ਕੁਸ਼ਲ ਕੁੱਲ ਮਲਕ 2 ਹੋਣ ਆਏ ਨੇ ਜਿਵੇਂ ਪਹਿਲਾਂ ਹੈਗਾ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਦਾ ਵਰਣਨ ਕਰੋ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਮੁੱਖ ਸਹੂਲਤ ਹੈ ਇਸ ਪਕਾਹਣ ਜਿਵੇਂ ਪਹਿਲਾਂ ਹੈਗਾ ਇੰਟਰਨੈਟ ਸਾਨੂੰ ਕਈ ਆਨਲਾਈਨ ਅਖਬਾਰ ਅਖਬਾਰਾਂ ਤੋਂ ਖਬਰਾਂ ਪੜਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਇੰਟਰਨੈਟ ਕਲਾ ਅਤੇ ਮਨੋਰੰਜਨ ਦਾ ਮੁੱਖ ਸਾਧਨ ਹੈ ਇੰਟਰਨੈਟ ਦੀ ਬਲ ਤੋਂ ਅਸੀਂ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਕਰ ਬੈਠੇ ਖਰੀਦ ਸਕਦੇ ਹਾਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਅਸੀਂ ਕਿਸੇ ਨੂੰ ਵੀ ਕੋਈ ਵੀ ਸੰਦੇਸ਼ ਮਿੰਟਾਂ ਸਕਿੰਟਾਂ ਵਿੱਚ ਭੇਜ ਸਕਦੇ ਹਾਂ ਇੰਟਰਨੈਟ ਦੀ ਮਦਦ ਨਾਲ ਅਸੀਂ ਕਰ ਬੈਠੇ ਹੀ ਰੇਲਵੇ ਹਵਾਈ ਜਹਾਜ਼ ਦੇ ਟਿਕਟਾਂ ਬੁੱਕ ਕਰ ਸਕਦੇ ਹਾਂ ਇੰਟਰਨੈਟ ਨਾਲ ਅਸੀਂ ਚੈਟਿੰਗ ਵੀ ਕਰ ਸਕਦੇ ਹਾਂ ਇੰਟਰਨੈਟ ਨਾਲ ਅਸੀਂ ਚੈਟਿੰਗ ਵੀ ਕਰ ਸਕਦੇ ਹਾਂ ਇੰਟਰਨੈਟ ਸਾਨੂੰ ਵੀਡੀਓ ਕਾਨਫਰੈਂਸਿੰਗ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਜਿਹੜੇ ਆਪਸ਼ਨ ਦੇ ਵਿੱਚ ਪਰੇਸ਼ਨ ਹੂਆ ਈਮੇਲ ਕੀ ਹੈ ਈਮੇਲ ਦੇ ਲਾਭ ਲਿਖੋ ਵਰਤੋਂ ਦੇ ਰਵ ईमेल ਦਾ ਪੂਰਾ ਨਾਮ ਇਲੈਕਟ੍ਰੋਨਿਕਲ ਮੇਲ ਹੈ ਇੱਕ ਇੰਟਰਨੈਟ ਦੀ ਇੱਕ ਬਹੁਤ ਮਹੱਤਵਪੂਰਨ ਵਿਸ਼ੇਸ਼ਤਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਕੋਈ ਵੀ ਸੰਦੇਸ਼ ਭੇਜ ਸਕਦਾ ਹੈ ਜਾਂ ਸੰਦੇਸ਼ ਪ੍ਰਾਪਤ ਕਰ ਸਕਦਾ ਹੈ ਈਮੇਲ ਦਾ ਹੀ ਟੈਕਸਟ ਹੈ ਟੈਕਸਟ ਹੈ ਜਿਸ ਨਾਲ ਤਸਵੀਰਾਂ ਆਂਦੀ ਕਿਸੇ ਵੀ ਕਿਸਮ ਦੀ ਫਾਈਲ ਭੇਜੀ ਜਾ ਪ੍ਰਾਪਤ ਕੀਤੀ ਜਾ ਸਕਦੀ ਹੈ ਈਮੇਲ ਦੇ ਲਾਭ ਈਮੇਲ ਦੇ ਮੁੱਖ ਲਾਭ ਇੱਥੇ ਦਿੱਤੇ ਗਏ ਹਨ ਪਹਿਲੇ ਹੈ ਖਰਚ ਇੰਟਰਨੈਟ ਦੇ ਖਰਚੇ ਤੋਂ ਬਿਨਾ ਬਿਨਾ ਈਮੇਲ ਦੀ ਵਰਤੋਂ ਈਮੇਲ ਦੀ ਵਰਤੋਂ ਲਈ ਹੋਰ ਕੁਝ ਵੀ ਬਦਦ ਖਰਚ ਨਹੀਂ ਹੁੰਦਾ ਰਫ਼ਤਾਰ ਈਮੇਲ ਸੰਦੇਸ਼ ਆਪਣੀ ਮੰਜ਼ਿਲ ਉੱਤੇ ਕੁਝ ਕੁ ਮਿੰਟਾਂ ਸੈਕਿੰਡਾਂ ਵਿੱਚ ਹੀ ਪਹੁੰਚਾ ਪਹੁੰਚ ਜਾਂਦੇ ਹਨ ਸਹੂਲਤ ਈਮੇਲ ਸੰਦੇਸ਼ ਨੂੰ ਅਸੀਂ ਆਪਣੀ ਸੌ ਕਿਸੇ ਵੀ ਸਮੇਂ ਤੇਜ਼ ਅਤੇ ਪ੍ਰਾਪਤਕ ਅਸਰ ਦੇ ਹਾਂ ਅੱਗੇ ਅਗੇ ਦੂਸਰਾ ਮੋਬਾਈਲ ਟੈਕਨੋਲੋਜੀ ਉੱਪਰ ਨੋਟ ਦਿਖੋ ਮੋਬਾਈਲ ਟੈਕਨੋਲੋਜੀ ਇੱਕ ਪੋਰਟੇਬਲ ਟੈਕਨੋਲੋਜੀ ਹੈ ਇਹ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਇੱਕ ਭਾਗ ਹੈ ਇਸ ਟੈਕਨੋਲੋਜੀ ਦੇ ਬਦਤੋਂ ਕਾਰਨ ਹੀ ਸੰਸਾਰ ਦੇ ਦੂਰ ਦਰਾਉਣੇ ਇਲਾਕੇਾਂ ਨਾਲ ਸੰਚਾਰ ਕਰਨਾ ਸੰਭਵ ਹੋ ਸਕਿਆ ਹੈ ਇਸ ਟੈਕਨੋਲੋਜੀ ਟੈਕਨੋਲੋਜੀ ਨੇ ਸੰਚਾਰ ਸੰਚਾਲਨ ਤਰ੍ਹਾਂ ਸੰਚਾਲਨ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਮੋਬਾਈਲ ਟੈਕਨੋਲੋਜੀ ਦੇ ਮੁੱਖ ਮਹੱਤਵਪੂਰਨ ਉਪਯੋਗ ਇਹ ਥੇ ਦਿੱਤੇ ਹਨ ਪਹਿਲੇ ਹੈਗਾ ਸਿੱਖਿਆ ਵਿੱਚ ਅਗੇ ਸਰਵੇਖਣ ਅਤੇ ਚੋਣਾਂ ਵਿੱਚ ਤੇ ਬੈਂਕਿੰਗ ਵਿੱਚ ਤੇ ਚੌਥਾ ਹੈਗਾ data ਦਾ ਵਿਸ਼ਲੇਸ਼ਣ ਵਿੱਚ ਇੱਥੇ ਦੇ ਆਪਸ਼ਨ ਵਿੱਚ ਪ੍ਰਸ਼ਨ ਹੈਗਾ ਆਨਲਾਈਨ ਸ਼ਾਪਿੰਗ ਸੰਬੰਧੀ ਵਿਆਖਿਆ ਕਰੋ ਆਨਲਾਈਨ ਸ਼ਾਪਿੰਗ ਈ-ਕਾਮਰਸ ਦਾ ਇੱਕ ਰੂਪ ਹੈ ਆਨਲਾਈਨ ਸ਼ਾਪਿੰਗ ਵਿੱਚ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਘਰ ਬੈਠੇ ਹੀ ਚੀਜ਼ਾਂ ਦੇ ਸੇਵਾਵਾਂ ਖਰੀਦ ਸਕਦੇ ਹਾਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕਿਸੇ ਵੀ ਸਮੇਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਆਨਲਾਈਨ ਸ਼ਾਪਿੰਗ ਆਨਲਾਈਨ ਸ਼ਾਪਿੰਗ ਵਿੱਚ ਅਸੀਂ ਆਪਣੀ ਖਰੀਦਦਾਰੀ ਦਾ ਬਿੱਲ ਭੁਗਤਾਨ ਕਰਨ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਜਾਂ ਨੈੱਟਵਰਕਿੰਗ ਆਦਿ ਦੀ ਵਰਤੋਂ ਕਰ ਸਕਦੇ ਹਾਂ ਫਿਰ ਦਿੱਤੀ ਗਈ ਚੀਜ਼ ਅਬ ਵਪਾਰੀ ਵੱਲੋਂ ਆਪਣੇ ਆਪ ਸਦਕ ਕਰ ਪਹੁੰਚਾ ਦਿੱਤੀ ਜਾਵੇਗੀ Amazon Flipkart Amazon ਵਰਤੋ ਵਰਤੀਆਂ ਜਾਣ ਬਾਰੇ ਇਹ ਈ-ਕਾਮਰਸ ਸਾਈਟਾਂ ਹਨ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਅਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਤੇ ਇਹ ਵੀ ਪੇਪਰ ਇੱਥੇ ਸਮਾਪਤ ਹੁੰਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੇਜ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਣਾ ਓਕੇ ਦੋਸਤੋ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਚਾ